ਆ ਤਾਂ ਬਾਈ ਨੇ ਜਮਾ ਸਿਰ ਹੀ ਲਾਤਾ ਆ ਦੁਬਾਰਾ ਦਿਖਾਓ ਜੀ ਮਾੜਾ ਕਰਕੇ ਆ ਵੇਖੋ ਤਕਰੀਬਨ ਜੁੱਤੀਆਂ ਇਦਾਂ ਨੇ ਵੀ ਜਿਹੜੀਆਂ ਸਪੈਸ਼ਲੀ ਇਹ ਚੀਜ਼ਾਂ ਨੂੰ ਹਾਂ ਇੱਕ ਨਾ ਦੁਕਾਨਦਾਰ ਉਹ ਕਰਦੇ ਹੁੰਦੇ ਵੀ ਬਾਰ ਜੇ ਜੋ ਮੋੜ ਕੇ ਬੰਦੇ ਨੂੰ ਲਿਆਉਂਦੇ ਹੁੰਦੇ ਆ ਉਹ ਨਾ ਹੀ ਆ ਜਾ ਯਾਰ ਚੱਲ ਇੰਨੇ ਕਦੀ ਕਰ ਲੈਨੇ ਹੋ ਕਦੇ ਉਹ ਮੋਟੀ ਮੋਟੀ ਪਛਾਣ ਦੱਸ ਦਿਓ ਵੀ ਜਿਹੜੇ ਦਰਸ਼ਕਾਂ ਨੇ ਜੁੱਤੀ ਲੈਣੀ ਆ ਅਸਲੀ ਤੇ ਨਕਲੀ ਚ ਕੀ ਫਰਕ ਹੈ ਕਿਸੇ ਕਹੀ ਤਾਂ ਐਂ ਕਹਿੰਦੇ ਯਾਰ ਜਿਹੜੀ ਗੱਗੂ ਗਿੱਲ ਦੇ ਪਾਈ ਆ ਉਹੀ ਦੇ ਦੇ ਹਾਂਜੀ 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 ਹੁੰਦਾ ਜੀ ਸਾਡੇ ਕੋਲੇ ਵੀ ਹੁੰਦਾ ਜੀ ਉਹ ਵੀ ਹੁੰਦਾ ਹੁਣ ਗੱਗੂ ਗਿੱਲ ਸਾਹਿਬ ਨੇ ਇਹਦੇ ਨਾਲ ਦੀ ਪਾਈ ਹੋਈ ਹੈ ਜੀ ਹੁਣ ਤਾਂ ਬਾਈ ਵੇਖ ਕੇ ਪਤਾ ਲੱਗ ਜਾਂਦਾ ਹੁਣ ਆ ਵੀ ਬੀਬੀ ਦੇ ਮੂੰਹ ਤੋਂ ਵੀ ਅੱਜ ਕਿਹੋ ਜੀ ਜੁੱਤੀ ਲਊ ਪਤਾ ਲੱਗਿਆ ਵੀ ਰਣਜੀਤ ਬਾਵਾ ਵੀ ਆਉਂਦਾ ਜੋਗਰਾਜ ਵੀ ਆਉਂਦੇ ਨੇ ਗਿੱਲ ਸਾਹਿਬ ਵੀ ਆਉਂਦੇ ਨੇ ਤੁਸੀਂ ਉਹਨਾਂ ਨੂੰ ਜੁੱਤੀਆਂ ਵਿਖਾਉਂਦੇ ਹੋ ਫਿਰ ਉਹ ਕਿਹੜੀ ਜੁੱਤੀ ਜ਼ਿਆਦਾ ਪਸੰਦ ਕਰਦੇ ਜੋਗਰਾਜ ਦਾ 10 ਨੰਬਰ ਪੈਰ ਹੈ ਜੀ ਗੂਗਲ ਦਾ 9 9.5 ਨੰਬਰ ਪੈਰ ਹੈ ਜੀ ਸਾਨੂੰ ਇੱਕ ਬਿੱਲਾ ਸਰ ਕੁਲਵਿੰਦਰ ਬਿੱਲੇ ਦਾ ਬਾਈ ਜੀ ਦਾ ਉਹਨਾਂ ਦਾ 6-7 ਨੰਬਰ ਪੈਰ ਹੈ ਜੀ ਇੰਦਰਜੀਤ ਨਿੱਕੂ ਦਾ ਵੀ 6 ਨੰਬਰ ਪੈਰ ਹੈ ਜੀ ਮੈਂ ਅੱਗੇ ਬਾਈ ਨੂੰ ਜੱਟ ਦਾ ਪਕੌੜਾ ਬਣਾ ਦੇਣਾ ਇਹ 2500 ਰੁਪਏ ਦੀ ਪਲੇਨ ਜੁੱਤੀ ਹੈ ਜੀ ਇਹ ਦੇਖੋ ਠੀਕ ਹੈ ਆ ਦੇਖਣਾ ਜੁੱਤੀ ਖਲਦੀ ਹੁੰਦੀ ਹੈ ਬੜੀ ਚੱਲਦੀ ਤੋਰ ਪੰਜਾਬਣ ਦੀ ਪਰ ਇਹ ਚੱਲ ਲੈਂਦੀ ਹੈ ਜੀ ਇਹ ਚੱਲ ਲੈਂਦੀ ਇਸ ਜੁੱਤੀ 'ਚ 5 ਕਿਲੋ ਛੋਲੇ ਪੈਂਦੇ ਜੀ ਇਹ 14.5 ਇੰਚ ਦਾ ਪੈਰ ਹੈ ਜੀ ਮੁਟਿਆਰ ਜਦੋਂ ਆਪਣੇ ਮਾਹੀ ਨੂੰ ਡਿਮਾਂਡ ਕਰਦੀ ਹੈ ਕਿ ਢੋਲਾ ਪੈਰ ਪਵਾ ਦੇ ਜੁੱਤੀ ਮੁਕਸਰ ਦੀ ਜਾਂ ਫਿਰ ਕਹਿੰਦੀ ਹੈ ਕਿ ਮੁਕਸਰੋਂ ਮੈਨੂੰ ਜੁੱਤੀ ਲੈ ਦੇ ਅਤੇ ਪਟਿਆਲਾ ਸ਼ਾਹੀ ਸੂਟ ਲੈ ਦੇ ਸੋ ਮੁਕਸਰੀ ਜੁੱਤੀ ਦੇ ਬੜੇ ਚਰਚੇ ਨੇ ਅੱਜ ਮੁਕਸਰ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਇੱਥੋਂ ਦੀ ਇੱਕ ਮਸ਼ਹੂਰ ਦੁਕਾਨ ਜਿਹੜੀ ਜੁੱਤੀਆਂ ਵਾਲੀ ਗੁਰਜੰਟ ਦੀ ਦੁਕਾਨ ਹੈ ਜਿਹੜੀ 100 ਸਾਲ ਪੁਰਾਣੀ ਦੁਕਾਨ ਹੈ ਉੱਥੇ ਪਹੁੰਚੇ ਹੋਏ ਹਾਂ ਗੱਲਬਾਤ ਕਰਦੇ ਹਾਂ ਲੋਕ ਵੀ ਬਹੁਤ ਜੁੱਤੀਆਂ ਲੈਣ ਪਹੁੰਚੇ ਹੋਏ ਨੇ ਅਤੇ ਸਾਰੀ ਗੱਲਬਾਤ ਬਾਈ ਗੁਰਜੰਟ ਤੋਂ ਵੀ ਪੁੱਛਾਂਗੇ ਕਿ ਕੌਣ ਕੌਣ ਇੱਥੇ ਆਰਟਿਸਟ ਵੀ ਆਉਂਦੇ ਨੇ ਰਣਜੀਤ ਬਾਵਾ ਹੁਣੀ ਯੋਗਰਾਜ ਹੁਣੀ ਇੰਨੇ ਮਹਾਨ ਇੰਨੇ ਵੱਡੇ ਕਲਾਕਾਰ ਵੀ ਆਉਂਦੇ ਨੇ ਅਤੇ ਸਾਰੀ ਗੱਲਬਾਤ ਕਰਨੀ ਆ ਸੋ ਲੈ ਚੱਲਦੇ ਆ ਦੁਕਾਨ 'ਤੇ ਆ ਜਾਓ ਜੀ ਸੋ ਬਾਈ ਹੁਣੀ ਸਾਡੇ ਨਾਲ ਗੁਰਜੰਟ ਜੀ ਵੀ ਆ ਗਏ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਰ ਚੜ੍ਹਦੀ ਕਲਾ ਤੇ ਮੈਨੂੰ ਜਿਵੇਂ ਪਤਾ ਲੱਗਿਆ ਵੀ 100 ਸਾਲ ਪੁਰਾਣੀ ਦੁਕਾਨ ਹੈ ਅਤੇ ਮਾੜਾ ਜਿਹਾ ਆਪਾਂ ਨਜ਼ਰ ਮਾਰ ਲਈਏ ਜੁੱਤੀਆਂ ਵੱਲ ਤੇ ਥੋੜ੍ਹਾ ਜਿਹਾ ਦੱਸ ਦਿਓ ਵੀ ਕਿਹੜਾ ਕਿਹੜਾ ਡਿਜ਼ਾਈਨ ਆ ਅਤੇ ਕਿਵੇਂ ਜੇ ਹੁੰਦਾ ਪਹਿਲਾਂ ਆਪਾਂ ਲੇਡੀਜ਼ ਵਾਲੇ ਤੋਂ ਸ਼ੁਰੂ ਕਰ ਲਈਏ ਕਿਉਂਕਿ ਬੀਬੀਆਂ ਦੀ ਜ਼ਿਆਦਾ ਪਸੰਦ ਹੁੰਦੀ ਬਿਲਕੁਲ ਜੀ ਬਿਲਕੁਲ ਲੇਡੀਜ਼ ਵਾਲੀਆਂ ਦੇਖੋ ਜੀ ਇਹ ਸਿੰਪਲ ਜੁੱਤੀਆਂ ਨੇ ਜਿਵੇਂ ਰੂਟੀਨ 'ਚ ਕੈਜੂਅਲ ਜਿਹੜੀਆਂ ਕੁੜੀਆਂ ਵੀ ਪਾਉਂਦੀਆਂ ਨੇ ਹਰ ਉਮਰ ਦੀਆਂ ਜਿਹੜੀ ਔਰਤਾਂ ਨੂੰ ਪਾਉਣੀਆਂ ਪਸੰਦ ਕਰਦੀਆਂ ਨੇ ਇੱਕ ਤਾਂ ਇਹਦੀ ਖਾਸੀਅਤ ਇੱਥੇ ਇਹ ਹੈ ਵੀ ਇਹ ਪਿਓਰ ਲੈਦਰ ਦੀਆਂ ਨੇ ਜੀ ਠੀਕ ਹੈ ਜੀ ਜਿਹੜੀ ਇੱਥੋਂ ਦੀਆਂ ਜੁੱਤੀਆਂ ਜਿੱਦਾਂ ਵੀ ਤੁਸੀਂ ਅੱਜ ਕੱਲ੍ਹ ਇੱਕ ਚਾਈਨੀਜ਼ ਨਾਂ ਦਿੱਤਾ ਗਿਆ ਜੁੱਤੀਆਂ ਨੂੰ ਉਹ ਰੈਡੀਮੇਡ ਹੁੰਦੀਆਂ ਨੇ ਜੀ ਸਾਡੀਆਂ ਜੁੱਤੀਆਂ 'ਤੇ ਲੈਦਰ ਦਾ ਸੋਲ ਇਹਨੂੰ ਜਿਵੇਂ ਪ੍ਰੋਪਰ ਪੁਰਾਣੇ ਤਰੀਕੇ ਨਾਲ ਉਹਨੂੰ ਸਟਿਚ ਕੀਤਾ ਹੋਇਆ ਉੱਦਾਂ ਹੀ ਜੁੱਤੀਆਂ ਬਣਦੀਆਂ ਨੇ ਠੀਕ ਹੈ ਜੀ ਇਸ ਕਰਕੇ ਵੀ ਜਿਵੇਂ ਜੁੱਤੀ ਦਾ ਨਾ ਅਲੱਗ ਅਲੱਗ ਹੁੰਦਾ ਹੈ ਵਿਆਹ ਦੇ ਪਾਉਣ ਵਾਸਤੇ ਕਈ ਵਾਰੀ ਹੋਰ ਲੈ ਲੈਂਦੇ ਆ ਘਰੇਲੂ ਤਾਂ ਫਿਰ ਵਿਆਹ ਵਾਲੀ ਜੁੱਤੀ ਕਿੰਨੀ ਕੁ ਰੇਂਜ ਤੱਕ ਤੁਹਾਡੇ ਕੋਲ ਅਵੇਲੇਬਲ ਹੈ ਵਿਆਹ ਵਾਲੀਆਂ ਜੁੱਤੀਆਂ ਸਰ ਵੀ ਜਿਵੇਂ ਤਿੱਲੇ ਦੀਆਂ ਮੜਕੇ ਜੁੱਤੀਆਂ ਜਾਂ ਚਾਂਦੀ ਦੀਆਂ ਜੁੱਤੀਆਂ ਇੱਕ ਫੇਮਸ ਬਣਦੀਆਂ ਲਓ ਹਾਂ ਦੇਖੋ ਜੀ ਇੱਦਾਂ ਦੀਆਂ ਜਿਹੜੀਆਂ ਜੁੱਤੀਆਂ ਨੇ ਇਹ ਮੈਰਿਜ ਵਾਸਤੇ ਸਪੈਸ਼ਲ ਬਣਦੀਆਂ ਨੇ ਜੀ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਹੱਥ ਹੈਂਡ ਵਰਕ ਦਬਕੇ ਦਾ ਕੰਮ ਮਿਰਰ ਵਰਕ ਜੀ ਠੀਕ ਹੈ ਜੀ ਫਿਰ ਆਹ ਇੱਕ ਇੱਥੋਂ ਦੀ ਫੇਮਸ ਅਤੇ ਪੁਰਾਣੀ ਜੁੱਤੀ ਹੈ ਜਿਹੜੀ ਜਿਹੜੀ ਤਿੱਲੇ ਦਾ ਕੰਮ ਆ ਜਰੀ ਦਾ ਹੈਂਡ ਵਰਕ ਜੀ ਠੀਕ ਹੈ ਇਹ ਸਿਰਫ ਮੁਕਤਸਰ 'ਚ ਹੀ ਹੁੰਦਾ ਹੋਰ ਕਿਤੇ ਵੀ ਪੰਜਾਬ 'ਚ ਨਹੀਂ ਠੀਕ ਹੈ ਜੀ ਇਹ ਜਿਹੜਾ ਕੰਮ ਆ ਜੀ ਪੂਰੇ ਪੰਜਾਬ ਦੇ ਵਿੱਚ ਸਿਰਫ ਮੁਕਤਸਰ ਦੇ ਵਿੱਚ ਹੀ ਹੁੰਦਾ ਹੋਰ ਕਿਤੇ ਨਹੀਂ ਹੁੰਦਾ ਜੀ ਠੀਕ ਹੈ ਕਿਉਂ ਅੱਜ ਕੱਲ੍ਹ ਇੱਕ ਹੋਰ ਤੁਸੀਂ ਸੁਣਿਆ ਨਾ ਵੀ ਪੰਜਾਬੀ ਜੁੱਤੀ ਦੇ ਹੈਂਡ ਵਰਕ ਨੂੰ ਜਿਹੜੀ ਮਸ਼ੀਨੀ ਐਮਬਰਾਇਡਰੀ ਆ ਮਸ਼ੀਨੀ ਕੰਮ ਆ ਉਹ ਕਿਤੇ ਨਾ ਕਿਤੇ ਜਾ ਕੇ ਉਹਨੂੰ ਅਲੋਪ ਕਰ ਰਹੇ ਆ ਜੀ ਪਰ ਅਸੀਂ ਫਿਰ ਵੀ ਉਹ ਤਰੀਕੇ ਨੂੰ ਉਸ ਕਾਰੀਗਰਾਂ ਨੂੰ ਉਸ ਲੇਡੀ ਨੂੰ ਵੀ ਰੱਖਿਆ ਹੋਇਆ ਜੀ ਜਿਹੜੇ ਸਾਡੇ ਲਈ ਹੈਂਡ ਵਰਕ ਕਰਦੀਆਂ ਰਹਿਣ ਤਾਂ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਦੇ ਰਹੀਏ ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੀ ਔਰਤ ਹੁੰਦੀ ਹੈ ਜਾਂ ਬੀਬੀ ਹੁੰਦੀ ਹੈ ਘਰੋਂ ਕਹਿ ਕੇ ਆਉਂਦੀ ਹੈ ਵੀ ਮੈਂ ਬਾਲੇ ਨਹੀਂ ਲਵਾਉਂਦੀ ਇੱਥੇ ਆ ਕੇ ਚਿੱਤ ਜਿਹਾ ਬਦਲ ਜਾਂਦਾ ਫਿਰ ਉਹ ਕਿਵੇਂ ਤੁਸੀਂ ਕਰਦੇ ਹੋ ਵੀ ਮਤਲਬ ਉਨੀ ਕੁ ਰੇਂਜ 'ਚ ਕਰ ਲੈਂਦੇ ਹੋ ਸੈਟਿੰਗ ਦੀ ਹਾਂ ਉਹ ਇੱਦਾਂ ਵੀ ਐਂ ਤਾਂ ਨਹੀਂ ਵੀ ਮਹਿੰਗੀ ਨਾਲ ਵੀ ਉਹਦੀ ਰੇਂਜ ਘੱਟ ਜਾਂਦੀ ਹੈ ਉਹਦੇ ਪੈਰਲਰ ਮਸ਼ੀਨੀ ਕੰਮ 'ਚ ਕੋਈ ਘੱਟ ਵਾਲੀਆਂ ਵੀ ਬਣੀਆਂ ਹੁੰਦੀਆਂ ਫਿਰ ਉਹ ਵਾਲੀਆਂ ਉਹਨਾਂ ਦੇ ਪਸੰਦ ਹੋ ਜਾਂਦੀਆਂ ਹਰੇਕ ਦੇ ਵਿੱਚ ਜਿਵੇਂ ਆਹ ਦੇਖੋ ਜੀ ਹੁਣ ਇਹ ਵਾਲਾ ਇਹ ਸਾਰਾ ਮਸ਼ੀਨੀ ਕੰਮ ਹੁੰਦਾ ਜੀ ਇਹ ਕੈਮਰਾਮੈਨ ਨੂੰ ਕਹੂੰਗਾ ਕੋਲੇ ਆ ਜੀ ਠੀਕ ਹੈ ਜੀ
और ये वाला हैंडवर्क आ अगर यदी कीमत लगाइए तो कोई 1800 तो 2000 रुपए आ ठीक है जी। इदा ही ये इदा का जो मशीनी काम आ तो ये 800 तो 1000 रुपए जी। अच्छा जुत्ती लै दी घुंगरों वाली है बिल ओह जुत्ती है बिल्कुल जी। तो एक घुंगरू खराब खरूब तो नहीं होंगे? नहीं 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 सर नहीं, ये ब्रास के होंगे ने पित्तल के जी, तो तकरीबन इदा ही रेंगे ने जी जी। ज्यादा जी अजकल थोड़े को ट्रेंडिंग जी ज्यादा डिमांड आँदी है लड़कियों वालों? लड़कियों वालों जिमें इदा दुतियां ने जी लैदर दुड़िया जीन्स नाल जां रै जिहड़ियां कॉलेज मतलब कि स्टूडेंट ने होर आ जुत्तियां पाउणियां पसंद करदियां ने। ये जुत्तियां हर मौसम च रैगूलर विकदियां रहिंदियां साडे कोल जी। ते लगदा वी जिहड़ा अज दे माहौल ने फर्क पाया तुहाडी दुकानदारी दे विच, वैसे तां सुख नाल बहुत वड्डी है तो पता ही लगदा वी मार्केट चंगी है, पर लगदा वी अज दे माहौल ने फर्क पाया कुछ? बिल्कुल सर बिल्कुल जी, क्यों इहदा फर्क पाउण दा कारण इह है वी जिहड़ा सानूं अच्छा लैदर आ जिहड़ा ओह मार्केट चों नहीं प्रोवाइड हुंदा ठीक है जी। उहदे कारण की है जिहड़े जलंधर जां पंजाब विच जो भी कारखाने लगे थी प्योर लैदर दे वो बंद हो चुके ने जी, वो सानू ये होर स्टेटां तो मंगाउणा पैंदा जिहड़ा महंगा मिलदा जी। और कस्टमर नू जिहड़ी प्योर लैदर दी जुत्ती जाए तो 20 साल पहलां लगाइए जिहड़ी 500-500 रुपए की बन जाती थी, हुण उही जुत्ती 1200-1500 रुपए की तैयार हुंदी है। अच्छा GST भी लगता हुण मेरे को? लगता सर बिल्कुल लगता, ये पिछले कुछ टाइम तो जो GST लागू होया ये फुटवेयर की जो भी आइटम आ उते जो है GST 12-18% वो पे कर दें जी। अच्छा खलों का भी की होंगे? एक बकरे की खल होंगी होर कि होंगी है जी? ज़्यादातर जिमें बकरे की खल जी, जिमें बछे वगैरह ठीक है जी, तो काफ लैदर जिन्हों बोल दें, होर इदा के काफ़ी लैदर ने जिहड़ियां यूज होंगे जुत्तियां। अच्छा तुसी वैसे तो मतलब होंगे भी जो दुकानदार होंगे ना उहदा सुभाअ बड़ा प्यारा होंगे, तो तुहाडा भी वैसे जिमें सब दे नाल वधिया प्यार आ, फिर वह किन्नी एडजस्टमेंट तुहाडे वल्लों भी होंगी है जो कई बार तुहानू लगता भी बंदे थोड़े नीडी ने? इदा जी भी ये जिमें साडी तकरीबन जिमें 3 पीढ़ियां तो करते आ रहे हैं काम जी, साढ़े कस्टमर भी इदा ने भी बड़े लंबे समय तो 50-50 साल तो उही जुड़े हुए ने, उन्होंने रिश्तेदार अगे बच्चे जी, जिहड़े हुण कई कस्टमर इदा ने भी सानू जानदे ने जान पछाण, उह साढ़े पापा नू साढ़े दादा जी नू इदा जी ठीक है, फिर वह फैमिली एक तरह का बन गया, उन्हां नाल भी वह एडजस्टमेंट तकरीबन हो जाती है। आपां बाकी गल्लां भी करनियां ते नाल नाल मैनूं जिहड़ी जेंट्स वाली हैगी आ जुत्तियां वह भी दिखा दिओ, आ जाओ बैठ के ही दिखा दिओ जी, आ जाओ इधर आ जाओ भाई, हाँ अब इतने आ जाओ। हाँ जी ये वालियाँ जिमें पाकिस्तानी जुत्तियाँ आदियाँ ने, इनू बोलते खुस्सा जी ठीक है ठीक है। जेंट्स लिए जिमें शेरवानिया मुंडे पाने पसंद करते ने, वैसे साडा इधर एरिया लोग उधर चादरे वगैरह बनने पसंद करते जी, वो इदा जुत्तियाँ पाउनिया पसंद करते हैं ठीक है जी। काफ़ी अच्छी शेप आ ये जिहड़े कारीगर ने जिहड़े जी ठीक है, ये पंजाब च भी ने पर काफ़ी घट गए ने जी, और इदा जुत्तियाँ कुछ जुत्तियाँ जो डिजाइन ने वो पाकिस्तान तो भी साढ़े को इंपोर्ट होंगे जी। तो किन्नी कु हुण इस चीज़ में लैके तुम रहने भी बच्चों के जी खिच पाई जाए वो नवे नवे डिजाइन, फिर तो अपनी क्रिएटिविटी होंगी या फिर तुम माहौल के हिसाब न देखते रहने? एक तो इदा जी जिमें बच्चों ने जोड़े जिमें कपड़े के जिमें अच्छी अच्छी कंपनियों के स्कैचर वगैरह शुरू करते पाने जी, उन्होंने पैर उन्होंने बड़े सोल हो गए जी, वो ध्यान वो चीज़ों ध्यान च रखते, असं भी जुत्ती सॉफ्ट बनाने भी जोड़ा मतलब जो भला विह तो उन्होंने एक दिन लिए पानी है पर उन्होंने पै जाए, इदा ना होने भी 2000-2500 रुपया लाया भी वो एक घंटा भी ना पवे, वो चीज़ों ध्यान च रखते हुए हरेक जुत्तियों अभी सॉफ्ट करके बनाने भाई ने जमा सिरा ही लाता आ दोबारा दिखाओ जी माड़ा करके तकरीबन जुत्तियां इदा ने भी जिहड़ियां स्पैशली ये चीज़ां नूं, हाँ बिल्कुल 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 जी सही गल, इहदी खासियत है भी जिन्नी मर्जी मोड़ दो लैदर दी तां मुड़दी है जी ठीक है जी, फिर इहदी खासियत क्वालिटी अच्छी है थोड़ी इस करके थोड़ी मुड़दी है जी जी जी। होर सर किहड़े किहड़े डिजाइन ने जिवें आ बहुत शाही जिहा लग रहा मैनूं देखो, हाँ भी अच्छी है जुत्ती जी ठीक है जी, ये भी डिजाइन एक पाकिस्तानी डिजाइन है उसके ऊपर हैंडवर्क है सारा जी, तो अच्छी जुत्ती है भी जैन जुत्तियां ने जी, और भी काफ़ी डिजाइन इदा के बड़े बनते हैं। अच्छा जिमें ना जो कामयाबी होंगी या बंदे का नाम होंगे तो जो कई बार समझौता कर जाते हैं वो हालातों नाल, तुम कदे गुंजाइश रखते हो माड़ी मोटी भी चीज़ क्वालिटी भावें थोनों महंगी मिले पर भी चीज़ चंगी रखने की कोशिश? बिल्कुल बिल्कुल, असं पता कि जी जिमें साडा इन्ने समय तो ना बनया हो एक असं चाहते हैं भी लैदर जिन्ना मर्जी महंगा मिले जिनी मर्जी लेबर पे उन्होंने डुप्लीकेट नहीं कदे भी सोचा भी उन्होंने सस्ता बनाइए, जदों का शु असी मैं इस काम के पिया मेरा ब्रदर है इतने वो नाल करता जी, असं इनू हर दिन ब दिन इन सुधारन की कोशिश की है, जेडे अच्छे जंग असी आप सही जंग हाँ सही पता सूँ भी अजक मुंडे कि चीज़ा पसंद करते हैं कि डिजाइन पसंद कर, असं उ तकरीबन मार्केट लैके। अच्छा ज़्यादा रौला
ਫਿਰ ਕੌਣ ਪਾਉਂਦਾ ਜੁੱਤੀਆਂ ਦਾ ਬੀਬੀਆਂ ਕਿ ਬੰਦੇ ਵੀ ਕਰ ਜਾਂਦੇ ਆ ਕਈ ਵਾਰੀ ਵੀ ਯਾਰ ਨਹੀਂ ਇੰਨੇ ਕੁ ਵੱਧ ਲਈ ਤਕਰੀਬਨ ਪਤਾ ਕੀ ਅੱਜ ਕੱਲ੍ਹ ਸਮਝਦਾਰ ਕਸਟਮਰ ਉਹ ਕੰਮ ਪਹਿਲਾਂ ਵਾਲਾ ਖਤਮ ਹੋ ਚੁੱਕਿਆ ਅੱਜ ਕੱਲ੍ਹ ਕੀ ਹੈ ਨਾ ਤਾਂ ਜ਼ਿਆਦਾ ਬਾਰਗਨਿੰਗ ਨਾ ਜੋ ਕਿ ਜੇ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਅੱਛੀ ਕਸਟਮਰ ਨੇ ਪੂਰੇ ਤਕਰੀਬਨ ਪੰਜਾਬ ਤੋਂ ਤਾਂ ਉਹ ਜ਼ਿਆਦਾ ਨਹੀਂ ਬਾਰਗਨਿੰਗ ਵਾਲਾ ਹੁੰਦਾ ਤਾਂ ਅੱਛਾ ਮੈਨੂੰ ਉਹ ਦੱਸੋ ਵੀ ਇੱਕ ਨਾ ਦੁਕਾਨਦਾਰ ਉਹ ਕਰਦੇ ਹੁੰਦੇ ਵੀ ਬਾਰ ਜੇ ਜੋ ਮੋੜ ਕੇ ਬੰਦੇ ਨੂੰ ਲਿਆਉਂਦੇ ਹੁੰਦੇ ਆ ਉਹ ਨਾ ਹੀ ਆ ਜਾ ਯਾਰ ਚੱਲ ਇੰਨੇ ਦੀ ਕਰ ਲੈਂਦੇ ਆ ਕਰ ਲੈਂਦੇ ਹੋ ਕਦੇ ਕਦੇ ਉਹ ਕਿਤੇ ਹੋ ਜਾਂਦਾ ਜੀ ਤੇ ਮੈਨੂੰ ਜਿਵੇਂ ਅਕਸਰ ਜਿਹੜਾ ਗਾਹਕ ਹੁੰਦਾ ਰੱਬ ਦਾ ਰੂਪ ਹੁੰਦਾ ਉਹਦੇ ਨਾਲ ਰਿਸ਼ਤੇ ਵੀ ਬਣ ਜਾਂਦੇ ਆ ਤੁਹਾਡਾ ਹੁਣ ਕਿੱਥੋਂ ਤੱਕ ਜਿਹੜੀ ਜੁੱਤੀ ਆ ਸਪਲਾਈ ਹੁੰਦੀ ਹੈ ਜੀ ਤਕਰੀਬਨ ਇੰਡੀਆ 'ਚ ਤਾਂ ਹੈ ਹੀ ਸਾਰੇ ਜੀ ਅਤੇ ਅਸੀਂ ਹੋਰ ਬਾਹਰਲੇ ਜਿਵੇਂ ਕਨੇਡਾ ਅਮੈਰੀਕਾ ਦੇ ਇੱਥੇ ਜਿਵੇਂ ਆਪਣੇ ਪੰਜਾਬੀਆਂ ਨੇ ਜਾ ਕੇ ਉੱਥੇ ਬੁਟੀਕ ਖੋਲ੍ਹੇ ਨੇ ਜਾਂ ਹੋਰ ਉੱਥੇ ਵੀ ਪਹੁੰਚਾਉਣੇ ਆ ਜੁੱਤੀਆਂ ਜੀ ਅਤੇ ਹੋਰ ਸਰ ਕਿਹੜੀ ਕਿਹੜੀ ਜੁੱਤੀ ਹੈ ਜਿਵੇਂ ਕੋਈ ਮਹਿੰਗੀ ਜਿਹੀ ਜੁੱਤੀ ਜਿਹੜੀਆਂ ਜ਼ਿਆਦਾ ਤੁਹਾਡੇ ਕੋਲ ਕਿਸ ਪ੍ਰਾਈਜ਼ ਤੱਕ ਆ ਅਤੇ ਘੱਟ ਤੋਂ ਘੱਟ ਕਿੰਨੀਆਂ ਦੇ ਵੱਧ ਤੋਂ ਵੱਧ ਕਿੰਨੀਆਂ ਜਿੱਦਾਂ ਵੀ ਚਾਂਦੀ ਦੀ ਸਾਡੇ ਕੋਲ ਵੈਡਿੰਗ ਵਾਸਤੇ ਕੁੜੀਆਂ ਵਿਆਹ ਲਈ ਬਣਾਉਂਦੀਆਂ ਨੇ ਸਪੈਸ਼ਲ ਚਾਂਦੀ ਦੀ ਜੁੱਤੀ ਜੀ ਉਹਦੇ ਉੱਪਰ ਪੂਰੇ ਦਾ ਪੱਤਰਾ ਇੱਕ ਚੜ੍ਹਦਾ ਜੀ ਚਾਂਦੀ ਦਾ ਠੀਕ ਹੈ ਜੀ ਉਹ ਹੁਣ ਤਿਆਰ ਤਾਂ ਨਹੀਂ ਔਨ ਆਰਡਰ ਹੀ ਬਣਦੀ ਹੈ ਜੀ ਉਹ ਮੰਨ ਕੇ ਚਲੋ ਵੀ 18-15 ਤੋਂ 18 ਹਜ਼ਾਰ ਦੀ ਕੀਮਤ ਜੁੱਤੀ ਤਿਆਰ ਹੁੰਦੀ ਹੈ ਹੁਣ ਅਗਲੇ ਸੀਜ਼ਨ ਸ਼ੁਰੂ ਹੋਣ ਵਾਲਾ ਵਿਆਹ ਵਾਲਾ ਫਿਰ ਉਹ ਰੈਗੂਲਰ ਬਣਦੀਆਂ ਰਹਿੰਦੀਆਂ ਜੀ ਅੱਛਾ ਜਿਵੇਂ ਤੁਸੀਂ ਦੱਸਿਆ ਵੀ 100 ਸਾਲ ਪੁਰਾਣੀ ਦੁਕਾਨ ਹੈ ਹਰ ਜਿਹੜਾ ਹੁੰਦਾ ਫਾਦਰ ਸਾਹਿਬ ਨੇ ਤੁਹਾਡੇ ਜਾਂ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਦੇ ਇੱਕ ਗੁਰ ਹੁੰਦਾ ਤਾਂ ਕਿਹੜਾ ਗੁਰ ਜਿਹੜਾ ਪੱਲੇ ਬੰਨਿਆ ਹੋਇਆ ਵੀ ਜਿਹੜਾ ਇੰਨਾ ਗਾਹਕਾਂ ਦੇ ਨਾਲ ਪਿਆਰ ਹਰ ਕੋਈ ਖੁਸ਼ ਹੋ ਕੇ ਜਾਂਦਾ ਸਿਰਫ ਇੱਕ ਅੱਛੀ ਕੁਆਲਿਟੀ ਜੀ ਵਾਜਿਬ ਰੇਟ ਜੀ ਠੀਕ ਹੈ ਜੀ ਔਰ ਨਵੇਂ ਤੋਂ ਨਵਾਂ ਡਿਜ਼ਾਈਨ ਲੈ ਕੇ ਆਉਣਾ ਬਸ ਇਹ ਤਿੰਨੇ ਗੱਲਾਂ ਨੇ ਜਿਹੜੇ ਸਾਡੇ ਫਾਦਰ ਸਾਹਿਬ ਨੇ ਸਾਡੇ ਦਾਦਾ ਜੀ ਨੇ ਸਾਨੂੰ ਦਿਖਾਈਆਂ ਸਿਖਾਈਆਂ ਨੇ ਵੀ ਜਿਹੜੇ ਬੰਦੇ ਕਸਟਮਰ ਤੁਹਾਡੇ ਨਾਲ ਪੁਰਾਣੇ ਸਮੇਂ ਤੋਂ ਜੁੜੇ ਨੇ ਉਹਨਾਂ ਨੂੰ ਉਵੇਂ ਜੋੜ ਕੇ ਰੱਖਣਾ ਅਤੇ ਉਹਦੇ ਨਾਲ ਨਾ ਤਾਂ ਪੈਸੇ ਵੱਲੋਂ ਦੇਖਣਾ ਨਾ ਹੋਰ ਉਹ ਬਾਕੀ ਇੱਦਾਂ ਹੀ ਹੈ ਜੀ ਵੀ ਅਸੀਂ ਸਾਡੇ ਨਾਲ ਜਿਹੜੇ ਵਰਤਦੇ ਨੇ ਕਸਟਮਰ ਸਾਡੇ 3-3 ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ ਉੱਦਾਂ ਹੀ ਜੀ ਅਤੇ ਉਹ ਹੁਣ ਵੀ ਦੇਖਦੇ ਹਾਂ ਅਸੀਂ ਵੀ ਜਿਹੜੇ ਕਿਸੇ ਨੂੰ 25 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਉਹਨਾਂ ਦੀ ਕੁੜੀਆਂ ਨੇ ਉਹ ਅੱਗੇ ਵਿਆਹੀਆਂ ਜਾਂਦੀਆਂ ਉਹਨਾਂ ਦੇ ਸਹੁਰੇ ਪਰਿਵਾਰ ਆਉਣਾ ਸ਼ੁਰੂ ਕਰ ਦਿੰਦੇ ਨੇ ਇੱਦਾਂ ਹੀ ਚੱਲਦਾ ਰਹਿੰਦਾ ਜੀ ਅੱਛਾ ਕਈ ਵਾਰੀ ਨਾ ਇਹ ਹੁੰਦਾ ਵੀ ਬੰਦਾ ਮੋਬਾਈਲ ਜਾਂ ਇੰਟਰਨੈਟ 'ਤੇ ਵੇਖ ਕੇ ਚੀਜ਼ ਆ ਜਾਂਦਾ ਉਹਨੂੰ ਜਾਣਕਾਰੀ ਨਹੀਂ ਹੁੰਦੀ ਵੀ ਕਿਹੜੀ ਚੀਜ਼ ਆ ਫਿਰ ਉਹਦੇ ਨਾਲ ਕਿੰਨੇ ਕੁ ਮੁਹੱਬਤ ਦੇ ਨਾਲ ਉਹਨੂੰ ਦੱਸ ਦਿੰਦੇ ਹੋ ਵੀ ਭਰਾਵਾ ਇਹ ਚੀਜ਼ 'ਚ ਭੁਲੇਖਾ ਥੋੜ੍ਹਾ ਬਿਲਕੁਲ ਜੀ ਪਤਾ ਕੀ ਜੀ ਪਹਿਲੀ ਤਾਂ ਸਾਨੂੰ ਜਿਹਨੂੰ ਜੁੱਤੀ ਬਾਰੇ ਨਹੀਂ ਪਤਾ ਫਸਟ ਟਾਈਮ ਸਾਡੇ ਕੋਲ ਜੁੱਤੀ ਲੈਣ ਆਇਆ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਉਹਨੂੰ ਡੁਪਲੀਕੇਟ ਦਾ ਅਤੇ ਓਰੀਜਨਲ ਦਾ ਫਰਕ ਦੱਸੀਏ ਠੀਕ ਹੈ ਜੀ ਉਹ ਜਦੋਂ ਕਿਉਂ ਜਦੋਂ ਉਹਨੂੰ ਫਰਕ ਸਮਝਾਵਾਂਗੇ ਫਿਰ ਹੀ ਉਹ ਸਮਝ ਲਓ ਵੀ ਇੱਕ ਅੱਛੀ ਚੀਜ਼ ਲੈਣ ਦੀ ਜਾਂ ਕੋਈ ਅੱਛੀ ਚੀਜ਼ ਲੈਣ ਦੀ ਆਪਦਾ ਮਨ ਬਣਾਊਗਾ ਅਤੇ ਲਊਗਾ ਜੀ ਠੀਕ ਹੈ ਜੀ ਹਰੇਕ ਬਿਜ਼ਨਸ ਆ ਕੱਪੜੇ ਦਾ ਕੁਛ ਵੀ ਆ ਉਹਦੇ ਵਿੱਚ ਪੈਰਲਰ ਡੁਪਲੀਕੇਟ ਵੀ ਹੈ ਅਤੇ ਓਰੀਜਨਲ ਵੀ ਉਹ ਜਿਵੇਂ ਸ਼ੂਜ਼ 'ਚ ਆ ਜੀ ਉਹ ਸਾਡੇ ਕੰਮ 'ਚ ਵੀ ਇੱਦਾਂ ਵੀ ਲੈਦਰ ਵੀ ਹੈ ਅਤੇ ਰੈਗਜ਼ਿਨ ਵੀ ਹੈ ਜੀ ਅੱਛਾ ਮੋਟੀ ਮੋਟੀ ਪਛਾਣ ਦੱਸ ਦਿਓ ਵੀ ਜਿਹੜੇ ਦਰਸ਼ਕਾਂ ਨੇ ਜੁੱਤੀ ਲੈਣੀ ਆ ਅਸਲੀ ਅਤੇ ਨਕਲੀ 'ਚ ਕੀ ਫਰਕ ਹੁੰਦਾ ਅਸਲੀ ਸਰ ਇੱਕ ਤਾਂ ਜਿਹੜਾ ਜੁੱਤੀ ਜਿਵੇਂ ਆਹ ਦੱਸਿਆ ਨਾ ਜਿਹਦੀ ਲੈਦਰ ਦਾ ਸੋਲ ਲੱਗਿਆ ਜਿਹੜੀ ਜੁੱਤੀ ਸਟਿਚ ਕੀਤੀ ਵੀ ਹੈ ਸਹੀ ਇਹੀ ਪੰਜਾਬੀ ਜੁੱਤੀ ਆ ਮਾਰਕੀਟ ਦੇ ਵਿੱਚ ਇੱਕ ਪੇਸਟਿੰਗ ਸੋਲ ਉਹਨੂੰ ਥੱਲੇ ਰਬੜ ਸੋਲ ਪੇਸਟ ਕੀਤਾ ਜੀ ਉਹ ਰੇਂਜ ਤਾਂ ਜ਼ਰੂਰ ਘੱਟ ਆ ਵਿਆਹਾਂ 'ਤੇ ਜਿਵੇਂ ਅਗਲੇ ਕਹਿੰਦੇ ਵੀ ਇੱਕ ਘੰਟਾ ਪਾਉਣੀ ਆ ਅਸੀਂ ਉਹ 500-400 ਇੱਦਾਂ ਰੇਂਜ ਦੀ ਆ ਜਾਂਦੇ ਪਰ ਉਹਦਾ ਘੰਟੇ ਵਾਸਤੇ ਹੀ ਆ ਬਸ ਉਹ ਲੌਂਗ ਟਾਈਮ ਲਈ ਉਹਦਾ ਪਤਾ ਕਿਸੇ ਨਹੀਂ ਸੋਲ ਉੱਖੜ ਜਾਵੇ ਵੀ ਉਹ ਸ਼ਕਲ ਜ਼ਰੂਰ ਉਹਦੀ ਪੰਜਾਬੀ ਜੁੱਤੀ ਦੀ ਪੰਜਾਬੀ ਜੁੱਤੀ ਹੈ ਨਹੀਂ ਉਹ ਠੀਕ ਹੈ ਜੀ ਅਤੇ ਪਰ ਸੋਸ਼ਲ ਮੀਡੀਆ ਦਾ ਤੁਹਾਨੂੰ ਫਾਇਦਾ ਹੋਇਆ ਕਿ ਨੁਕਸਾਨ ਕਿਉਂਕਿ ਉਹਨਾਂ ਤਾਂ ਗੱਲ ਬਹੁਤ ਜਾਂਦੀ ਆ ਪਰ ਕਈ ਵਾਰੀ ਅਸੀਂ ਵੇਖਦੇ ਹਾਂ ਵੀ ਉੱਥੇ ਕਈ ਲੋਕ ਉੱਥੋਂ ਚੀਜ਼ਾਂ ਲੈ ਕੇ ਅਤੇ ਗਾਹ ਮਹਿੰਗੇ ਭਾਅ ਵੇਚ ਦਿੰਦੇ ਨੇ ਤੁਸੀਂ ਵੀ ਆਪਣਾ ਕੋਈ ਸੋਸ਼ਲ ਮੀਡੀਆ ਨਾਲ ਜੁੜੇ ਹੋ ਤਾਂ ਕਿ ਜਿਹੜੇ ਲੋਕ ਨੇ ਤੁਹਾਡੇ ਨਾਲ ਸੰਪਰਕ ਕਰ ਸਕਣ ਨਹੀਂ ਜੀ ਅਸੀਂ ਤਕਰੀਬਨ ਇੱਥੇ ਹੀ ਜਿਹੜਾ ਆਪਣੀ ਸ਼ੋਪ ਦੀ ਇੱਥੇ ਰਿਟੇਲ ਦੇ ਇੱਥੇ ਰੱਖਿਆ ਕਸਟਮਰ ਬਾਹਰ ਫੋਰਨ ਫੋਰਨ ਸਾਡੇ ਕੋਲ ਜ਼ਰੂਰ ਆਏ ਅਤੇ ਕੁੜੀਆਂ ਨੇ ਜਿਨ੍ਹਾਂ ਦੇ ਬੁਟੀਕ ਖੋਲ੍ਹੇ ਨੇ ਜੀ ਉਹ ਕਈ ਵਾਰੀ ਆਪ ਆਉਂਦੀਆਂ ਨੇ ਉਹਨਾਂ ਨੂੰ ਜੇ ਅੱਛਾ ਲੱਗਿਆ ਕੰਮ ਵੀ ਅਸੀਂ ਵੀਰ ਜੀ ਉੱਥੇ ਰੱਖਣਾ ਚਾਹੁੰਦੇ ਨੇ ਇੱਦਾਂ ਦੀ ਵਰਾਇਟੀ ਤੁਹਾਡੀ ਫਿਰ ਜ਼ਰੂਰ ਉਹਨਾਂ ਦੇ ਔਨ ਆਰਡਰ ਬਣਾ ਕੇ ਉਹਨਾਂ ਨੂੰ ਭੇਜ ਦਿੰਦੇ ਹਾਂ ਜੀ ਇਹ ਜਿਹੜੇ ਬਾਈ ਜੀ ਨੇ ਇਹ ਬਾਈ ਹੁਣਾਂ ਦੀ ਦੁਕਾਨ 'ਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰਦੇ ਨੇ ਅਸਲੀ ਨਬਜ਼ ਇਹ ਫੜਦੇ ਨੇ ਤੁਹਾਨੂੰ ਤਾਂ ਬਾਈ ਵੇਖ ਕੇ ਪਤਾ ਲੱਗ ਜਾਂਦਾ ਹੋਣਾ ਵੀ ਬੀਬੀ ਦੇ ਮੂੰਹ ਤੋਂ ਵੀ ਅੱਜ ਕਿਹੋ ਜਿਹੀ ਜੁੱਤੀ ਲਊਗੀ ਹਾਂਜੀ ਬਾਈ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਪੂਰੀ ਜਜਮੈਂਟ ਸਾਨੂੰ ਹੁੰਦੀ ਹੈ ਵੀ ਕਸਟਮਰ ਕਿਹੜੀ ਜੁੱਤੀ ਲੈਂਦਾ ਕੀ ਪਾਉਂਦਾ ਜੀ ਉਹ ਸਾਨੂੰ ਆਈਡੀਆ ਵੀ ਹੋ ਜਾਂਦਾ ਵੀ ਕਿਹੜੇ ਪਿੰਡ ਤੋਂ ਆ ਜੀ ਕਿਉਂਕਿ ਸਾਰੇ ਬਹੁਤ ਪੁਰਾਣੇ ਲੱਗੇ ਹੋਏ ਆ ਜੀ ਇਸ ਦੁਕਾਨ ਦੇ ਉੱਤੇ ਕਾਫੀ 35 ਸਾਲ ਹੋ ਗਏ ਮੈਨੂੰ ਛੋਟਾ ਹੁੰਦੇ ਇਸ ਦੁਕਾਨ 'ਤੇ ਕੰਮ ਕਰ ਰਿਹਾ ਜੀ ਮੈਂ ਕਿਉਂਕਿ ਉਸ ਤੋਂ ਕਸਟਮਰ ਜਦੋਂ ਦੁਕਾਨ 'ਚ ਵੜਦਾ ਸੀ ਉਹਦੀ ਫੇਸ ਵੇਖ ਕੇ ਅਤੇ ਪੈਰ ਦੇਖ ਕੇ ਆਈਡੀਆ ਲਾਉਣੇ ਆ ਵੀ ਇਹਨੇ ਕਿੰਨੇ ਕੁ ਪੈਸੇ ਲਾਉਣੇ ਆ ਕਿੰਨੇ ਕੁ ਲੈਣੀ ਆ ਪਰ ਇਸ ਦੁਕਾਨ ਦੀ ਖਾਸੀਅਤ ਇਹ ਹੈ ਵੀ ਸਾਨੂੰ ਸਰਦਾਰ ਜੀ ਗੁਰਜਨ ਸਿੰਘ ਜੀ ਅੰਕਲ ਜੀ ਨੇ ਇਹੀ ਸਮਝਾਇਆ ਵੀ ਆਪਾਂ ਮਾੜਾ ਲੈਦਰ ਨਾ ਤਾਂ ਲਾਉਣਾ ਜੀ ਅਤੇ ਨਾ ਹੀ ਆਪਾਂ ਵੇਚਣਾ ਜੇ ਕੋਈ ਚੀਜ਼ 500 ਰੁਪਇਆ ਵੱਧ ਲੱਗਦਾ ਵੱਧ ਲਾ ਕੇ ਬਣਵਾ ਲਓ ਮਾੜੀ ਚੀਜ਼ ਨਹੀਂ ਬਣਾਉਣੀ ਆਪਾਂ ਜੀ ਮੈਂ ਨਾ ਬਾਈ ਜੀ ਤੋਂ ਇਹ ਗੱਲ ਨਹੀਂ ਪੁੱਛੀ ਇੱਥੇ ਮੈਨੂੰ ਪਤਾ ਲੱਗਿਆ ਵੀ ਰਣਜੀਤ ਬਾਵਾ ਵੀ ਆਉਂਦਾ ਹਾਂਜੀ ਯੋਗਰਾਜ ਵੀ ਆਉਂਦੇ ਨੇ ਗਿੱਲ ਸਾਹਿਬ ਵੀ ਆਉਂਦੇ ਨੇ
खोसे तुहानूं दिखा दिंदे आं, मंगवा दिंदा मुंडे तों मैं। अच्छा। क्योंकि वो जदों रणजीत बाबा पहली बार साडे दुकान ते आया उदों भी साडे कोल जलसा वगैरह, फिर हुण पिछे जे भी असीं भेजियां जुत्तियां, जस बाजवा दी जदों मैरिज होई आ उदों भी सारियां जुत्तियां शॉपिंग अपनी दुकान तों कीतियां उहनां ने जी। लखविंदर बडालवी जी वो भी अपनी दुकान तों 8-12 हज़ार का खोसा सी, एक 3-4 खोसे लै गए जी। ठीक है जी। उस तों पहलां कुलविंदर बिल्ला जी आए आ साड़ी परली शॉप ते, सरजीत बिंदरखिया जी भी आउंदे रहे जी, करतार रामले वगैरह भी। अच्छा। हाँ जी हाँ जी हाँ जी। तो मतलब कि भी काफ़ी रिलेटिव जिवें बादल साहब दे मिसेज जी आ वो भी अपने कोलों बन के जांदियां जी। अच्छा। हाँ जी हाँ जी। काफ़ी जुत्तियां मतलब काफ़ी आ जुत्तियां लियांदियां माड़ी जी, इहदे बारे दस दिओ, आ तां दिखा दिओ सारी जानकारी दे दिओ। जिहड़ा लखविंदर बडालवी जी सी उहनूं आ जुत्ती दित्ती जाई सी, बाबा बरवीर सिंह बुढ़ा दल दे मुखी। हाँ जी। बाबा जी वो भी अपने कोल आंदे आ जी। ठीक है। असीं उत्थे जाके उन्होंने चीज़ा जुत्तियाँ इस तरह दी फैंसी जुत्तियाँ तो खोसा ना जी वो बगैर नोक तो जुत्तियाँ पाँदे आ, जिदा बडालवी साहब आ जुत्ती लै गई सी। ठीक है जी। जिस तरह कोई कलाकार होर आंदा जी अंदर आ, देखो दबके वाली जुत्ती जी, दबके वाली जुत्ती है जी, ये उपर दबके का काम किया, सारी बनी पाकिस्तान की। अच्छा। जिहड़ा ऊं भी दबका इहदा पूरा ही है? हाँ पूरा पूरा जी पूरा, ये ना भी दबका ते वैसे भी दबका पूरा है जी। अच्छा। मैंने सच्ची नहीं पता कि ये दबके वाली जुत्ती, ये दबके वाली जुत्ती आम तौर पे लेडी जुत्ती चलती है, एक जेंट्स जुत्ती है ना, फिर ये पाकिस्तानी जेड़ा स्पेशल दबका, देखो जी अपने तो ये दबका नहीं मिलता जी ना ही, देखो ब्रीज स्टिचिंग देखो कितनी बरीक है, जिदा मशीन ना सिलाई की होंगी जी। जी हूँ कह दिए हूँ असं खुद पुराने कारीगर असं कर लें, पर अजकल की नहीं नॉलेज पता कि आ जी आह काम है ना जी, ये सब तो सिरा काम है जी, ये जो हूँ कलाकार वगैरह आते अपने को आते ਅੱਖਾਂ ਮੀਚ ਕੇ ਜੀ ਦੇਖਦੇ ਹੋ, ਕਹਿੰਦੇ ਠੀਕ ਹੈ ਜੀ। ਦੇਖੋ ਵੈਸੇ ਕਈ ਤਾਂ ਐਂ ਕਹਿੰਦੇ ਯਾਰ ਜਿਹੜੀ ਗੱਗੂ ਗਿੱਲ ਦੇ ਪਾਈ ਆ ਉਹੀ ਦੇ ਦੇ। ਹਾਂਜੀ 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 ਹੁੰਦਾ ਜੀ ਸਾਡੇ ਕੋਲ ਉਹ ਵੀ ਹੁੰਦਾ ਜੀ, ਉਹ ਵੀ ਹੁੰਦਾ, ਹੁਣ ਗੱਗੂ ਗਿੱਲ ਸਾਹਿਬ ਨੇ ਇਹਦੇ ਨਾਲ ਦੀ ਪਾਈ ਹੋਈ ਹੈ ਜੀ, ਗਿੱਲ ਸਾਹਿਬ ਨੇ ਇਹਦੇ ਨਾਲ ਪਾਈ ਹੋਈ ਹੈ, ਇੱਕ ਦਰਖਤ ਨਾਲ ਖੜੇ ਹੋਏ ਆ ਇਹਦੇ ਨਾਲ ਦੀ ਜੁੱਤੀ ਪਾਈ ਆ, ਫਿਰ ਗਿੱਲ ਸਾਹਿਬ ਦੀ ਜੁੱਤੀ ਵੀ ਦੇਖ ਕੇ ਬਹੁਤ ਕਸਟਮਰ ਆਉਂਦੇ ਬਈ ਯਾਰ ਗੂਗਲ 'ਤੇ ਜੁੱਤੀ ਪਾਈ ਉਹ ਲੈਣੀ ਹੈ ਯਾਰ। ਅੱਛਾ। ਫਿਰ ਕੋਈ ਕਢਾਈ ਘੱਟ ਮੰਗਦਾ ਬੇਟਾ, ਕਢਾਈ ਵਾਲੀ ਜੁੱਤੀ ਕੱਢੀ, ਕੋਈ ਕਢਾਈ ਘੱਟ ਕਢਾਈ ਲਈ ਮੰਗਦਾ, ਕੋਈ ਜ਼ਿਆਦਾ ਕਢਾਈ ਵਾਲੀ ਮੰਗਦਾ ਜੀ, ਕਿਉਂਕਿ ਜੁੱਤੀਆਂ ਪਾਕਿਸਤਾਨੀ ਜ਼ਿਆਦਾ ਫੇਮਸ ਆ, ਕਿਉਂਕਿ ਅਸੀਂ ਡਿਜ਼ਾਈਨ ਵੀ ਇੱਧਰ ਲੋਕਲ ਵੀ ਤਿਆਰ ਕਰ ਰਹੇ ਹਾਂ ਇਹਦੇ ਨਾਲ ਦੇ ਇਸ ਤਰ੍ਹਾਂ ਦੇ, ਘੱਟ ਕਢਾਈ ਵਾਲੇ, ਜਿੱਦਾਂ ਘੱਟ ਕਢਾਈ ਵਾਲੇ ਵੀ ਮਤਲਬ ਕਿ ਘੱਟ ਕਢਾਈ ਜੁੱਤੀ ਹੋ। ਬਾਬਾ ਜੀ ਕਿਹੜੀ ਲੈ ਕੇ ਗਏ ਸੀ ਜੁੱਤੀ? ਬਾਬਾ ਜੀ ਲੈ ਗਏ ਸੀਗੇ ਇੱਦਾਂ ਦੀਆਂ ਜੀ, ਆਹ ਦੇਖੋ ਘੱਟ ਕਢਾਈ ਵਾਲੀਆਂ ਇੱਦਾਂ ਦੀਆਂ, ਉਹਨਾਂ ਦਾ ਪੈਰ ਹੈ ਜੀ 7 ਨੰਬਰ ਬਾਬਾ ਜੀ ਦਾ, ਸਾਨੂੰ ਸਾਈਜ਼ ਵੀ ਜ਼ਿਆਦਾ, ਯੋਗਰਾਜ ਦਾ 10 ਨੰਬਰ ਪੈਰ ਹੈ ਜੀ, ਗੂਗਲ ਦਾ 9-9.5 ਨੰਬਰ ਪੈਰ ਹੈ ਜੀ, ਸਾਨੂੰ ਇੱਕ ਬਿੱਲਾ ਕੁਲਵਿੰਦਰ ਬਿੱਲੇ ਦਾ ਬਾਈ ਜੀ ਦਾ, ਉਹਨਾਂ ਦਾ 6-7 ਨੰਬਰ ਪੈਰ ਹੈ ਜੀ, ਇੰਦਰਜੀਤ ਨਿੱਕੂ ਦਾ ਵੀ 6 ਨੰਬਰ ਪੈਰ ਹੈ ਜੀ, ਸਾਨੂੰ ਸਾਈਜ਼ ਵੀ ਜ਼ਿਆਦਾ ਵੀ ਕਿਹੜੇ ਕਿਹੜੇ ਸਾਈਜ਼ ਉਹਨਾਂ ਦੇ ਆਉਂਦੇ ਆ ਜੀ, ਕਿਉਂਕਿ ਸਾਡੇ ਕੋਲ ਕਾਫੀ ਸਮੇਂ ਤੋਂ ਬਾਈ ਜੀ ਦੂਜੇ ਉਹ ਕੀ ਨਾਮ ਦੇ ਆ ਰਾਜਵੀਰ ਜਵੰਦ ਹੈ ਜੀ, ਉਹ ਤਾਂ ਸਾਡੇ ਕੋਲ ਬਹਿ ਕੇ 1.5 ਘੰਟਾ ਬਹਿ ਕੇ ਗੱਲਾਂ ਬਾਤਾਂ ਕਰਕੇ ਚਾਹ ਪਾਣੀ ਪੀ ਕੇ, ਫਿਰ ਬਹੁਤ ਵਧੀਆ ਯਾਨੀ ਕਿ ਨੇਚਰ ਸਾਰੇ ਕਲਾਕਾਰਾਂ ਦੇ ਬਹੁਤ ਵਧੀਆ ਆਪਣੇ। ਉਹ ਫਿਰ ਰਾਹਿਬ ਮਤਲਬ ਆਉਂਦੇ ਨੇ ਦੇਰ ਰਾਤ ਆਉਂਦੇ ਨੇ ਜਾਂ ਫਿਰ? ਨਹੀਂ ਨਹੀਂ ਉਹ ਜਦੋਂ ਆਉਂਦੇ ਆ ਜੀ ਦਿਨੇ ਦਿਨੇ ਆਉਂਦੇ ਆ ਜੀ। ਠੀਕ ਹੈ। ਦਿਨੇ ਦਿਨੇ ਆਉਂਦੇ ਆ ਅਤੇ ਵੈਸੇ ਰਸ਼ ਰੁਸ਼ ਵਗੈਰਾ ਹੋ ਜਾਂਦਾ, ਪਰ ਕਿਸੇ ਨੂੰ ਸਨੈਪਸ ਨੂੰ ਬਲੋਕ ਕਰਨੇ ਬਾਈ ਜੀ ਸਨੈਪ ਕਰਾਉਣੀ, ਜੁੱਤੀਆਂ ਵਧੀਆ ਅੱਛਾ ਸੁਭਾਅ ਉਹਨਾਂ ਦਾ। ਅੱਛਾ। ਇਸ ਤਰ੍ਹਾਂ ਦੀਆਂ ਜੁੱਤੀਆਂ ਲੈ ਕੇ ਜਾਂਦੇ, ਪਲੇਨ ਵੀ ਲੈ ਜਾਂਦੇ ਆ, ਪਲੇਨ ਖੋਸੇ ਵੀ ਲੈ ਕੇ ਜਾਂਦੇ ਆ ਜੀ। ਅੱਛਾ। ਕਲਾਕਾਰਾਂ ਨਾਲ ਕੋਈ ਯਾਦ ਦੱਸੋ, ਜਿਵੇਂ ਤੁਸੀਂ ਤਾਂ ਸਾਰਿਆਂ ਨਾਲ ਵਿਚਰਦੇ ਰਹਿੰਦੇ ਹੋ ਹੁਣ, ਵੀ ਤੁਹਾਨੂੰ ਤਾਂ ਉਹ ਇਕੱਲੀ ਗੱਲ, ਇੱਕ ਮਿੰਟ ਵੀਰੇ, ਜਿਵੇਂ ਤੁਹਾਨੂੰ ਤਾਂ ਪੈਰ ਦਾ ਵੀ ਪਤਾ ਹੈ, ਅਤੇ ਕੋਈ ਉਹਨਾਂ ਦੀ ਗੱਲ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇ ਜਾਂ ਫਿਰ ਉਹਨਾਂ ਨੇ ਤੁਹਾਨੂੰ ਕੋਈ ਕੰਪਲੀਮੈਂਟ ਦਿੱਤਾ ਹੋਵੇ, ਬਈ ਆ ਤਾਂ ਸਵਾਦ ਹੀ ਲਿਆ ਤਾ? ਸਾਡੇ ਕੋਲ ਨਾ ਮਤਲਬ ਕਿ ਖੋਸਾ ਪਲੇਨ ਹੈ ਜੀ, ਰਾਜਵੀਰ ਜਵੰਡਾ ਜੀ ਨੇ ਪੈਰ 'ਚ ਪਾਇਆ ਨੇ, ਜਦੋਂ ਉਹ ਕੱਟ ਵਰਕ ਵਾਲਾ ਖੋਸਾ ਸੀ, ਜਦੋਂ ਉਹਨਾਂ ਨੇ ਪੈਰ 'ਚ ਪਾ ਕੇ ਦਿਖਾਇਆ ਜੀ, ਉਹ ਕਹਿੰਦੇ ਬਾਈ ਜੀ ਇਹ ਤਾਂ ਬਹੁਤ ਵਧੀਆ, ਬਹੁਤ ਰਾਜਵੀਰ ਜਵੰਡਾ ਬਹੁਤ ਖੁਸ਼ ਹੋਏ ਸੀਗੇ ਜੀ। ਅੱਛਾ। ਠੀਕ ਹੈ ਜੀ। ਅਤੇ ਕੋਈ ਇੱਦਾਂ ਦੀਆਂ ਪਲੇਨ ਜੁੱਤੀਆਂ ਵੀ ਸੌਫਟ ਆਉਂਦੀਆਂ, ਜਦੋਂ ਅਸੀਂ ਆਮ ਤੌਰ 'ਤੇ ਗਿਫਟ ਕਰਦੇ ਹਾਂ ਵੀ ਜੁੱਤੀਆਂ ਨੇ ਇੱਦਾਂ ਫੋਲਡ ਕਰਦੇ ਨੇ, ਦੇਖੋ ਆਹ ਜੁੱਤੀਆਂ ਆ ਗਈਆਂ ਨਾ, ਇਹ ਵੀ ਫੋਲਡ ਹੋ ਜਾਂਦੀ ਹੈ ਦੇਖੋ। ਅੱਛਾ। ਮੈਂ ਅੱਗੇ ਬਾਈ ਨੂੰ ਦੇਖ ਕੇ ਤਾਂ ਪਕੌੜਾ ਬਣਾ ਦਿੰਦਾ ਜੀ, ਕਿਉਂਕਿ ਨਾ ਇਹ ਜੁੱਤੀਆਂ ਬਹੁਤ ਹੀ ਲਾਈਟ ਵੇਟ, ਜਿਹੜੇ ਖਲ ਖੁਲ ਬਹੁਤ ਵਧੀਆ ਲੱਗੀ ਹੁੰਦੀ ਇਹਨਾਂ ਦੇ ਜੀ, ਨੇਚਰ ਮਤਲਬ ਕਿ ਵੀ ਆ ਦੇਖੋ ਨਾ ਸਟਿਚਿੰਗ ਵਗੈਰਾ, ਖਲ ਵਗੈਰਾ, ਲੈਦਰ ਬਹੁਤ ਵਧੀਆ ਲੱਗਿਆ ਹੁੰਦਾ। ਬਸ ਕਲਾਕਾਰ ਤਾਂ ਬਾਕੀ ਵੀ ਬਹੁਤ ਵਧੀਆ ਸੁਭਾਅ ਦੇ, ਜਿੰਨੇ ਵੀ ਆਪਣੇ ਕੋਲ ਆਏ ਆ ਨਾ, ਨੇਚਰ ਬਹੁਤ ਵਧੀਆ ਹੈ ਜੀ, ਅੱਛੀ ਕੁਆਲਿਟੀ ਦੇਖੀ ਨਾ ਤਾਂ ਮਤਲਬ ਕਿ ਵੀ ਵਧੀਆ ਸੁਭਾਅ ਬਾਈ ਜੀ, ਠੀਕ ਆ ਭਾਅ ਜੀ ਤੁਹਾਨੂੰ ਜਿਹੜੀ ਚੰਗੀ ਲੱਗਦੀ ਉਹ ਦੇ ਦਿਓ ਜੀ। ਰਾਜਵੀਰ ਜਵੰਡਾ ਘੱਟੋ ਘੱਟ ਆਪਣੇ ਕੋਲ 5-6 ਵਾਰੀ ਆ ਗਏ ਜੀ। ਅੱਛਾ। ਠੀਕ ਹੈ ਜੀ। ਬਾਕੀ ਰਣਜੀਤ ਬਾਬਾ ਜੀ 3-4 ਵਾਰੀ ਰਣਜੀਤ ਬਾਬਾ ਜੀ ਆ ਗਏ ਜੀ। ਅੱਛਾ। ਹਰ ਕਲਾਕਾਰ 2-3 ਵਾਰੀ ਆ ਕੇ ਆਪਣੇ ਕੋਲ ਜੁੱਤੀਆਂ, 37 ਵੀ ਆਪਣੀ ਦੁਕਾਨ 'ਤੇ ਆਈ ਹੋਈ ਹੈ ਜੀ। ਠੀਕ ਹੈ। ਅਤੇ ਮਤਲਬ ਕਿ ਵੀ ਚੱਲੀ ਜਾਂਦਾ ਕੰਮ ਜੀ, ਮਾਲਕ ਹਾਂ ਮਾਲਕ ਦੀ ਕਿਰਪਾ ਨਾਲ ਪਿਆਰ ਆ ਜੀ, ਅੰਕਲ ਜੀ ਦਾ ਨਾਮ ਬਣਿਆ ਬਹੁਤ ਵਧੀਆ ਜੀ। ਠੀਕ ਹੈ। ਇਹਨਾਂ ਨੇ ਬਣਾਇਆ ਜੀ, ਨਾਮ ਬਣਾਇਆ ਅੰਕਲ ਜੀ ਨੇ। ਹਾਂਜੀ। ਆਹ ਕੋਸਾ ਲੈ ਕੇ ਸੀ ਰਾਜਵੀਰ ਜਵੰਡਾ ਜੀ। ਅੱਛਾ। ਉਹਦੇ ਪੂਰਾ ਭਰਮਾ ਕੀਤਾ ਹੋਇਆ ਸੀਗਾ ਜੀ। ਅੱਛਾ। ਆਹ ਮੁੜ ਕੇ ਉਹਨਾਂ ਨੇ ਮਤਲਬ ਕਿ ਰਣਜੀਤ ਬਾਬਾ ਜੀ ਵਾਸਤੇ ਬਾਅਦ 'ਚ ਭੇਜਿਆ ਸੀਗਾ ਜੀ, ਵੀਡੀਓ ਕਾਲ 'ਤੇ ਗੱਲ ਕਰਾਈ ਸੀ ਮੇਰੀ ਉਹਨਾਂ ਨਾਲ, ਵੀ ਕਿਹੜੀ ਜੁੱਤੀ ਲਈ ਇਹਨਾਂ ਨੂੰ, ਫਿਰ ਉਸ ਤਰ੍ਹਾਂ ਪਲੇਨ ਜੁੱਤੀ ਲੈ ਗਏ ਸੀ ਬਾਬਾ ਜੀ। ਠੀਕ ਹੈ, ਕਿਆ ਬਾਤ ਹੈ। ਅੱਛਾ, ਫਿਰ ਉਹ ਕਹਿ ਕੇ ਵੀ ਬਣਵਾ ਲੈਂਦੇ ਨੇ ਕੋਈ ਇਸ ਤਰ੍ਹਾਂ ਦਾ? ਹਾਂਜੀ ਹਾਂਜੀ, ਜੋ ਡਿਮਾਂਡ ਹੁੰਦੀ ਉਹਨਾਂ ਦੀ ਉਸ ਤਰ੍ਹਾਂ ਦੀ ਬਣ ਜਾਂਦੀ ਸਰ, ਜੋ ਵੀ ਕਹਿੰਦੇ ਵੀ ਪਲੇਨ ਬਣਾਉਣੀ ਆ, ਵਰਕ ਵਾਲੀ ਬਣਾਉਣੀ ਆ, ਜਿੱਦਾਂ ਦੀ ਵੀ ਕਹਿੰਦੇ ਬਣ ਜਾਂਦੀ ਹੈ। ਅੱਛਾ।
ਤੇ ਫਿਰ ਤੁਹਾਡਾ ਕਿੰਨਾ ਕੁ ਉਸ ਤੱਕ ਚੱਲਦੇ ਚੱਲਦੇ ਕਈ ਵਾਰੀ ਐਂ ਵੀ ਹੁੰਦਾ ਮੈਂ ਸੁਣਿਆ ਨਾ ਜਿਹੜੇ ਤੁਸੀਂ ਬੈਠੇ ਹੁੰਦੇ ਇੱਥੇ ਦੁਕਾਨਾਂ ਤੇ ਹਿੰਮਤੀ ਭਰਾ ਤਾਂ ਉਹ ਇਹ ਵੀ ਕਹਿ ਦਿੰਦੇ ਵੀ ਬਾਈ ਮੇਰੇ ਕਹਿਣ ਤੇ ਹੀ ਹੋਣਗੇ ਇੰਨੇ ਵੀ ਤੁਹਾਡੇ ਤੱਕ ਹੀ ਅਗਲਾ ਡਿਮਾਂਡ ਪਾਉਂਦਾ ਵੀ ਯਾਰ ਤੂੰ ਹੀ ਕਰਾ ਸਕਦਾ ਘੱਟ ਵੱਧ ਤੁਹਾਡੀ ਵੀ ਚੱਲ ਜਾਂਦੀ ਹੈ ਫਿਰ ਸਿਫਾਰਿਸ਼ ਨਹੀਂ ਸਿਫਾਰਿਸ਼ ਤਾਂ ਸਾਡੀ ਸਰ ਜਿਵੇਂ ਅਸੀਂ ਕਹਿ ਦਈਏ ਉਸ ਤਰ੍ਹਾਂ ਅੰਕਲ ਜੀ ਕਹਿੰਦੇ ਕੋਈ ਗੱਲ ਨਹੀਂ ਜੋ ਤੁਸੀਂ ਕਰਤਾ ਠੀਕ ਹੈ ਜੀ ਵੈਸੇ ਜੋ ਕਲਾਕਾਰ ਜੋ ਭੈਣ ਭਰਾ ਆਪਣੇ ਕੋਲ ਆਉਂਦੇ ਆ ਉਹ ਕਦੇ ਨਹੀਂ ਉਹਨਾਂ ਨੂੰ ਪਤਾ ਵੀ ਬਹੁਤ ਪੁਰਾਣੇ ਲੱਗਿਆ ਜੋ ਕਹਿ ਤਾ ਬਸ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਮਾਰਜਨ ਜਾਇਜ਼ ਰੱਖਿਆ ਜੀ ਜੇ ਜਾਇਜ਼ ਰੱਖਿਆ ਤਾਂ ਹੀ 100 ਸਾਲ ਪੁਰਾਣੀ ਦੁਕਾਨ ਆ ਜੀ ਇੱਦਾਂ ਤੋਂ ਕਸਟਮਰ ਤੋਂ ਰਿਹਾ ਹੁੰਦਾ ਜੇ ਆਪਾਂ ਜੇ ਅੱਜ ਕਸਟਮਰ ਤੋਂ ਵੱਧ ਲੈ ਲਾਂਗੇ ਕੱਲ੍ਹ ਨੂੰ ਕੀ ਲੈਣਾ ਹੋਊਗਾ ਜੀ ਕਸਟਮਰ ਦੁਕਾਨ 'ਤੇ ਬਸ ਇਹੀ ਅਸੀਂ ਇਹੀ ਖਾਸੀਅਤ ਰੱਖੀ ਦੁਕਾਨ ਦੀ ਕਲਾ ਆਪਣੇ ਆਪਣੇ ਦੇ ਆਦਮੀ ਦੱਸੀ ਹੈ ਵੀ ਜਾਇਜ਼ ਮੰਗੋ ਜਾਇਜ਼ ਲਓ ਕਸਟਮਰ ਨੂੰ ਦੁਬਾਰਾ ਬੁਲਾਓ ਜੀ ਅੱਛਾ ਕੀ ਬਾਤ ਹੈ ਬਾਈ ਨਾ ਬਹੁਤ ਵਧੀਆ ਯਾਰ ਨਿੱਘੇ ਸੁਭਾਅ ਦਾ ਬੰਦਾ ਮੈਂ ਕਹਿੰਦਾ ਵੀ ਬਹੁਤ ਘੈਂਟ ਬੰਦਾ ਬਾਈ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਰਾਜਵੀਰ ਜਵੰਦੇ ਹੋਣੀ ਬਾਈ ਜਿਹੜੇ ਲੋਕਾਂ ਨੂੰ ਟਾਈਮ ਨਹੀਂ ਦਿੰਦੇ ਕਈ ਵਾਰੀ ਕਿਉਂਕਿ ਬਿਜ਼ੀ ਹੁੰਦੇ ਨੇ ਜ਼ਿੰਦਗੀ 'ਚ ਮਿਲਣ ਦਾ ਮੌਕਾ ਨਹੀਂ ਬਾਈ ਕੋਲੋਂ ਫਰਮਾਇਸ਼ ਕਰਕੇ ਕਹਿੰਦੇ ਨੇ ਵੀ ਇਹੋ ਜਿਹੀ ਬਣਾਉਣੀ ਆ ਨੰਬਰ ਵੀ ਬਾਈ ਨੂੰ ਪਤਾ ਵੀ ਕਿਹੜੇ ਕਲਾਕਾਰ ਦਾ ਸੋ ਜੇ ਤੁਸੀਂ ਕਲਾਕਾਰਾਂ ਦੇ ਵੀ ਫੈਨ ਹੋ ਨਾ ਤਾਂ ਤੁਸੀਂ ਬਾਈ ਦੇ ਨਾਲ ਸੰਪਰਕ ਕਰੋ ਉਹੀ ਗੱਲ ਆ ਵੀ ਇੱਧਰ ਹੀ ਸਾਰਾ ਕੰਮ ਹੁੰਦਾ ਬਾਈ ਨੂੰ ਪਤਾ ਹੁੰਦਾ ਵੀ ਕਿਹੜੇ ਕਲਾਕਾਰ ਨੇ ਕਿੱਦਾਂ ਆਉਣਾ ਸਭ ਕੁਝ ਇੱਧਰ ਹੀ ਹੁੰਦਾ ਸੋ ਇਹ ਜੁੱਤੀ ਆ ਦੀ ਦੁਕਾਨ ਹੈ ਗੁਰਜੰਟ ਬਾਈ ਜੀ ਦੀ ਇੱਕ ਮਿੰਟ ਹਾਂ ਹਾਂ ਦਿਖਾ ਦਿਓ ਚਲੋ ਕੋਈ ਸੋ ਬਹੁਤ ਘੈਂਟ ਦੁਕਾਨ ਹੈ ਗੁਰਜੰਟ ਜੁੱਤੀਆਂ ਵਾਲਾ ਬਾਈ ਬਹੁਤ ਪੁਰਾਣੀ ਦੁਕਾਨ ਹੈ 100 ਸਾਲ ਪੁਰਾਣੀ ਦੁਕਾਨ 3 ਪੀੜ੍ਹੀਆਂ ਤੋਂ ਚੱਲਦਾ ਇਲਾਕੇ ਵਿੱਚ ਸਾਡਾ ਸਰਨੇਮ ਜੱਟੀ ਉਹ ਗੱਲ ਆ ਬਹੁਤ ਪਿਆਰੀ ਦੁਕਾਨ ਹੈ ਬਹੁਤ ਇਹਨਾਂ ਕੋਲ ਵਰਾਇਟੀ ਹੈ ਬੜਾ ਵਧੀਆ ਸਮਾਨ ਹੈ ਅਤੇ ਇੱਕ ਬਾਈ ਜੁੱਤੀ ਮੈਨੂੰ ਹੋਰ ਦਿਖਾਉਣ ਲੱਗੇ ਸੀ ਚੱਲਦੀ ਇੰਟਰਵਿਊ 'ਚ ਅਤੇ ਆਹ ਦੇਖ ਲਓ ਤੁਸੀਂ ਇਹ ਬੱਕਰੇ ਦੀ ਖੱਲ ਦੀ ਹੈ ਜੀ ਹਾਂਜੀ ਸਰ ਬੱਕਰੇ ਦੀ ਖੱਲ ਦੀ ਇਹ ਬੱਕਰੇ ਦੀ ਖੱਲ ਦੀ ਜੁੱਤੀ ਹੈ ਬਹੁਤ ਘੈਂਟ ਆ ਬਾਈ ਹੁਣ ਕੱਢ ਕੇ ਉਹੀ ਗੱਲ ਵੀ ਪਟਾਰੀ 'ਚੋਂ ਨਾ ਬਾਹਲਾ ਕੁਛ ਸਾਂਭੀ ਬੈਠਾ ਕੱਢੀ ਆਉਂਦਾ ਕੁਛ ਨਾ ਕੁਛ ਲਓ ਸਰ ਆਹ ਦੇਖੋ ਜੀ ਇਹ ਬੱਕਰੇ ਦੀ ਖੱਲ ਦੀ ਹੈ ਜੀ ਅੱਛਾ ਇਹਦੇ ਵਾਲ ਦੇਖੋ ਉਸ ਤਰ੍ਹਾਂ ਹੀ ਬਣੇ ਹੋਏ ਜੀ ਠੀਕ ਹੈ ਬਾਕੀ ਗੱਲ ਤਾਂ ਪੂਰੀ ਹੈ ਹਾਂਜੀ ਹਾਂਜੀ ਇਹ ਸਾਰੀ ਬੱਕਰੇ ਦੀ ਖੱਲ ਦੀ ਸਰ ਕਿੰਨੇ ਰੁਪਈਆਂ ਦੀ ਹੈ ਜੀ ਇਹ ਸਰ 3500 ਰੁਪਏ ਦੀ ਹੈ ਜੀ ਅੱਛਾ ਹਾਂਜੀ ਹਾਂਜੀ 3500 ਰੁਪਏ ਦੀ ਆ ਇੱਕ ਆਹ ਚੀਜ਼ਾਂ ਦੇਖੋ ਜੀ ਉਹ ਕਈ ਵਾਰੀ ਤੁਸੀਂ ਇੱਥੇ 3500 ਕਹਿ ਦਿੰਦੇ ਹੋ ਕਈ ਵਾਰੀ ਨਾ ਇਹ ਹੁੰਦਾ ਵੀ ਬਾਅਦ 'ਚੋਂ ਆ ਕੇ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਫਿਰ ਕਹਿੰਦਾ ਯਾਰ ਤੁਸੀਂ ਗਲਤ ਕਹਿ ਬੈਠੇ ਹੁਣ ਪੱਕਾ ਦੱਸ ਦਿਓ ਵੀ ਗਾਹਕ ਨੇ ਜੇ ਆ ਗਿਆ ਤੁਹਾਡੇ ਕੋਲੇ 3500 ਹੀ ਦੇਣਾ ਕਾਰਨ ਪਤਾ ਕੀ ਸਰ ਇਹ ਚੀਜ਼ ਉੱਥੇ ਦਿਖਾਈ ਜਾਂਦੀ ਜਿੱਥੇ ਬੰਦੇ ਨੂੰ ਪਹਿਚਾਣ ਆ ਪਰਖ ਆ ਫਿਰ ਉਹੀ ਉਸ ਫਿਰ ਹੀ ਮਜ਼ਾ ਆਉਂਦਾ ਜੀ ਬਿਲਕੁਲ ਠੀਕ ਹੈ ਨਾ ਜੀ ਇਹ ਚੀਜ਼ ਹੁਣ ਤੁਹਾਨੂੰ ਤਾਂ ਦਿਖਾ ਰਹੇ ਹਾਂ ਵੀ ਤੁਸੀਂ ਹਾਂ ਵੀ ਜੀ ਤੁਹਾਨੂੰ ਪਤਾ ਲੱਗੇ ਵੀ ਕੀ ਦੁਕਾਨ ਦੇ ਵਿੱਚ ਪਿਆ ਕੀ ਸਾਂਭੀ ਬੈਠੇ ਹਾਂਜੀ ਹਾਂਜੀ ਦੇਖੋ ਆਹ ਜੁੱਤੀ ਹੈ ਜੀ ਦੇਖੋ ਇਹ 2500 ਰੁਪਏ ਦੀ ਪਲੇਨ ਜੁੱਤੀ ਹੈ ਜੀ ਇਹ ਦੇਖੋ ਠੀਕ ਹੈ ਆ ਦੇਖਣਾ ਜੁੱਤੀ ਖੱਲ ਦੀ ਬਣਾਉਣੀ ਚੱਲਦੀ ਤੋਰ ਪੰਜਾਬਣ ਦੀ ਪਰ ਇਹ ਚੱਲ ਲੈਂਦੀ ਹੈ ਜੀ ਅੱਛਾ ਇਹ ਚੱਲ ਲੈਂਦੀ ਸਰ ਨਹੀਂ ਉਹ ਕਿਉਂ ਕਹਿੰਦੇ ਸੀ ਵੀ ਜੁੱਤੀ ਖੱਲ ਦੀ ਬਰੋੜਾ ਨਹੀਂ ਚੱਲਦੀ ਉਹ ਪਤਾ ਕੀ ਹੈ ਜੀ ਜਦੋਂ ਗਾਣੇ ਬਣਦੇ ਨਾ ਜੁੱਤੀ ਖੱਲ ਦੀ ਬਰੋੜਾ ਨਹੀਂ ਚੱਲਦੀ ਖੱਲ ਦੀ ਕਮ ਜੁੱਤੀ ਕਿ ਉਹ ਕਮਜ਼ੋਰ ਮੰਨਿਆ ਗਿਆ ਉਸ ਚੀਜ਼ ਦੇ ਉੱਤੇ ਵੀ ਜਿਹੜੀ ਤੋਰ ਪੰਜਾਬ ਆਪਣੀ ਤੋਰ ਹੈ ਨਾ ਉਹ ਜ਼ਬਰਦਸਤ ਹੈ ਜੀ ਜੁੱਤੀ ਵਿਚਾਲੋਂ ਐਂ ਹੋ ਜਾਂਦੀ ਹੈ ਤਾਂ ਲਿਖਣਾ ਸੀ ਗਾਣਾ ਵੀ ਜੁੱਤੀ ਖੱਲ ਦੀ ਬਰੋੜਾ ਨਹੀਂ ਚੱਲਦੀ ਤੋਰ ਪੰਜਾਬਣ ਦੀ ਠੀਕ ਹੈ ਜੀ ਪਰ ਅਸੀਂ ਕਹਿੰਦੇ ਚੱਲ ਲੂਗੀ ਜੀ ਅਸੀਂ ਬਣਾ ਦੇਵਾਂਗੇ ਚੱਲ ਲੂਗੀ ਜੁੱਤੀ ਖੱਲ ਦੀ ਬਰੋੜਾ ਜੁੱਤੀ ਗਰਜੰਟ ਦੀ ਬਈ ਇਹ ਤਾਂ ਚੱਲ ਜਾਂਦੀ ਹੈ ਖਰ ਮਰੋੜਾ ਸੋ ਪੰਜਾਬਣਾਂ ਨੂੰ ਵੀ ਬੇਨਤੀ ਹੈ ਤੇ ਬਾਈ ਦੇ ਨਾਲ ਅੱਛਾ ਬਾਈ ਹੋਰ ਕੀ ਆ ਜਾਂਦੇ ਜਾਂਦੇ ਕੋਈ ਹੋਰ ਨਗੀਨਾ ਵਿਖਾਉਣਾ ਚਾਹੋ ਤਾਂ ਹੋਰ ਬਾਈ ਜੀ ਇਸ ਤਰ੍ਹਾਂ ਦੇਖੋ ਜਿਵੇਂ ਘੁੰਗਰੂ ਲੱਗ ਜਾਂਦੇ ਦੇਖੇ ਹਾਂ ਕੀ ਬਾਤ ਇਸ ਤਰ੍ਹਾਂ ਘੁੰਗਰੂ ਲਵਾ ਦਿੰਦੇ ਆਪਾਂ ਠੀਕ ਹੈ ਸਿੰਗਲ ਸਿੰਗਲ ਵੀ ਲੱਗ ਜਾਂਦੇ ਆ ਡਬਲ ਵੀ ਲੱਗ ਜਾਂਦੇ ਆ ਜੀ ਇਹਦੇ ਉੱਪਰ ਬੈਚ ਅੱਜ ਕੱਲ੍ਹ ਚੱਲਿਆ ਜੀ ਸਰ ਬੈਚ ਵੀ ਲੱਗ ਜਾਂਦੇ ਆ ਕੋਈ ਡਬਲ ਬੈਚ ਸਿੰਗਲ ਬੈਚ ਪਾਲਿਸ਼ ਕਰਕੇ ਕਲਰ ਚੇਂਜ ਕਰਨਾ ਹੋਵੇ ਜੋ ਵੀ ਡਿਮਾਂਡ ਆ ਇੱਕ ਬਾਈ ਆਹ ਖਜ਼ਾਨਾ ਆਹ ਵੀ ਚੱਕੀ ਆਉਂਦਾ ਭਰਾ ਕਸਟਮਰ ਦੀ ਡਿਮਾਂਡ ਆ ਕਸਟਮਰ ਦੀ ਜੋ ਡਿਮਾਂਡ ਆ ਇੱਕ ਆ ਬਰੀਕ ਕੜਾਈ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਅਗਲੇ ਬੰਦੇ ਨੂੰ ਬਾਅਦ ਦਿਖਾ ਲਿਓ ਉਹ ਤਾਂ ਕਾਲਾ ਸਾਪੀ ਆ ਦੇਖੋ ਜੀ ਆ ਦੇਖੋ ਜੀ ਆ ਚਾਂਦੀ ਦੀ ਚੇਨ ਲਾਈ ਆ ਜੀ ਉੱਪਰ ਇਹਨੇ ਅੱਛਾ ਪੂਰਾ ਚਾਂਦੀ ਦਾ ਬਣ ਜਾਂਦਾ ਚਾਂਦੀ ਦੀ ਚੇਨ ਵੀ ਲੱਗ ਜਾਂਦੀ ਆ ਜੋ ਵੀ ਤੁਸੀਂ ਕਹੋਗੇ ਕਸਟਮਰ ਦੀ ਡਿਮਾਂਡ ਕਸਟਮਰ ਸਾਨੂੰ ਜੋ ਕਹਵੇ ਕੋਈ ਵੀ ਇਹ ਚੀਜ਼ ਬਣਾਉਣੀ ਆ ਅਸੀਂ ਉਸੇ ਤਰ੍ਹਾਂ ਹੀ ਟਾਈਮ ਸਮਾਂ ਲੈ ਕੇ ਉਹ ਬਣਾ ਦਿੰਨੇ ਸਰ ਆ ਦੇਖੋ ਇੱਕ ਹੋਰ ਆ ਗਿਆ ਜੀ ਹਾਂਜੀ 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 ਆ ਦੇਖੋ ਜੀ ਇਸ ਤਰ੍ਹਾਂ ਜੋ ਡਿਜ਼ਾਈਨ ਤੁਸੀਂ ਕਹੋਗੇ ਉਸ ਤਰ੍ਹਾਂ ਠੀਕ ਹੈ ਉਸ ਤਰ੍ਹਾਂ ਹੀ ਇਹਦਾ ਰੇਟ ਵੀ ਦੱਸ ਦਿਓ ਕਈ ਵਾਰੀ ਜੇ ਕਿਸੇ ਨੇ ਕੋਈ ਚਾਹਵਾਨ ਹੋਵੇ ਇਹ ਸਰ ਜੁੱਤੀ ਪਊਗੀ ਇਹ ਪਾਇਲ ਲਾ ਕੇ 1400 ਰੁਪਏ ਰੇਂਜ ਹੈ ਆਹ ਵਾਲੀ ਵਰਕ ਵਾਲੀ ਜੀ ਠੀਕ ਹੈ ਪਲੇਨ ਜੁੱਤੀ ਮੰਨ ਕੇ ਚੱਲੋ ਵੀ ਕੋਈ 1100 ਰੁਪਏ ਰੇਂਜ ਠੀਕ ਹੈ ਇਹ ਆ ਚੀਜ਼ ਲਗਾ ਕੇ ਚੇਨ ਲਗਾ ਕੇ ਜੀ ਧੰਨਵਾਦ ਠੀਕ ਹੈ ਜੀ ਬਹੁਤ ਵਧੀਆ ਤੇ ਬਾਈ ਦਾ ਅੱਛਾ ਦੱਸੋ ਬਾਈ ਹਾਂਜੀ ਬਾਕੀ ਇਹ ਹੁੰਦਾ ਨਾ ਵੀ ਕਸਟਮਰ ਨਾਲ ਜੋ ਕਵੀ ਕਲਰ ਸੂਟ ਨਾਲ ਮੈਚਿੰਗ ਕਰਨੀ ਆ ਇੱਥੇ ਫੁੱਲ ਪਾਉਣਾ ਇੱਥੇ ਬੂਟੀ ਪਾਉਣੀ ਹੈ ਤੇ ਜੋ ਵੀ ਕਸਟਮਰ ਕਵੀ ਸੂਟ ਨਾਲ ਮੈਚ ਉਦਾਂ ਵੀ ਉਦਾਂ ਹੀ ਬਣ ਜਾਣੀ ਹੈ ਅੱਛਾ ਠੀਕ ਹੈ ਜੀ ਆਹ ਦੇਖੋ ਸਾਡੇ ਕੋਲ ਇੱਕ ਕਸਟਮਰ ਆਇਆ ਸੀਗਾ ਜੀ ਸਭ ਤੋਂ ਵੱਡਾ ਪੈਰ ਬਣਾਇਆ ਸੀ ਆਹ ਦੇਖੋ ਆਹ ਦੇਖੋ ਜੀ ਸਭ ਤੋਂ ਵੱਡਾ ਪੈਰ ਜਿਵੇਂ ਕਹਿੰਦੇ ਆ ਵੀ 5 ਕਿਲੋ ਛੋਲੇ ਪੈ ਜਾਂਦੇ ਆ ਜੀ ਇਸ ਜੁੱਤੀ 'ਚ 5 ਕਿਲੋ ਛੋਲੇ ਪੈਂਦੇ ਆ ਜੀ ਇਹ 14.5 ਇੰਚ ਦਾ ਪੈਰ ਹੈ ਜੀ ਕੀ ਬਾਤ
ਉਹ ਸ਼ਾਇਦ ਲੈਣ ਆਵੇ ਸਾਡੇ ਕੋਲੋਂ ਦੇਖੋ ਕਦੋਂ ਲੈਣ ਆਉਂਦਾ ਜੀ ਬਹੁਤ ਵੱਡਾ ਪੈਰਾ ਮੈਂ ਆਪਦੀ ਲਾਈਫ ਦੇ ਵਿੱਚ ਮੈਂ ਤਾਂ ਹੈਰਾਨ ਹੀ ਹੋ ਗਿਆ ਆਪਦੀ ਲਾਈਫ ਦੇ ਵਿੱਚ ਪਹਿਲੀ ਵਾਰੀ ਐਡਾ ਵੱਡਾ ਸਾਈਜ਼ ਬਣਾਇਆ ਜੀ ਅਸੀਂ ਐਡਾ ਵੱਡਾ ਸਾਈਜ਼ ਨਹੀਂ ਬਣਾਇਆ ਸੀ 18 20 ਨੰਬਰ ਬਣਾਉਣੇ ਆ ਸਭ ਤੋਂ ਛੋਟਾ ਸਾਈਜ਼ ਆ ਵਾਲਾ ਜੀ ਆ ਦੇਖੋ ਜੀ ਠੀਕ ਹੈ ਇਹ ਸਭ ਤੋਂ ਛੋਟਾ ਸਾਈਜ਼ ਇਸ ਤੋਂ ਛੋਟਾ ਵੱਡਾ ਵਾਲਾ ਜੀ ਉਦੋਂ ਵੱਡਾ ਜਿਹੜਾ ਬਾਹਰ ਲੱਗਿਆ ਜੀ 3.5 ਫੁੱਟ ਦਾ ਜੀ ਉਹ ਵੀ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਫਿਰ ਉਹ ਵੀ ਖੁਸਾ ਹੀ ਆ ਵੀ ਬਣਾਇਆ ਜੀ ਉਹ ਉਸ ਟਾਈਮ ਕੋਲ ਅੱਜ ਤੋਂ 7-8 ਸਾਲ ਪਹਿਲਾਂ ਉਹ ਹੋਏਗਾ ਫਿਰ 10,000 ਦਾ ਤਿਆਰ ਹੋਇਆ ਸੀਗਾ ਜੀ ਆਮ ਤੋਂ ਲੋਹੇ ਦੇ ਬਣਾਉਣ ਨਾਲ ਡੰਗੀ ਬੈਠੇ ਆ ਪਰ ਅਸੀਂ ਸਰਾਰ ਜੀ ਕਹਿੰਦੇ ਨਹੀਂ ਜੀ ਅੰਕਲ ਜੀ ਕਹਿੰਦੇ ਵੀ ਆਪਾਂ ਜਿਹੜਾ ਕੰਮ ਹੱਥੀ ਕਰਦੇ ਆਂ ਆਪਾਂ ਹੱਥੀ ਬਣਾਉਣਾ ਠੀਕ ਹੈ ਇਹ ਕਿੰਨਾ ਟਾਈਮ ਲੱਗਿਆ ਜੀ ਕਿਹੜੀ ਦੇ ਜੀ ਇਹਦੇ ਤੇ 3 ਦਿਨ ਲੱਗੇ ਜੀ ਅੱਛਾ ਕਿਉਂਕਿ ਨਾ ਇਹ ਤਲਾ ਤਲਾ ਜਾਂ ਦੇਖੋ ਸੋਲਿਡ ਪੂਰਾ ਜੀ ਕਿਉਂਕਿ ਮਾੜੇ ਜੁੱਤੀ ਤਾਂ ਇਹ ਬੰਦਾ ਪਾ ਨਹੀਂ ਸਕਦਾ ਜੀ ਠੀਕ ਹੈ ਨਾ ਹੀ ਕੋਈ ਬਣਾ ਸਕੇ ਕਿਉਂਕਿ ਇਹਦੀ ਸਿਲਾਈ ਆ ਸਟਿਚਿੰਗ ਆ ਬਹੁਤ ਬਰੀਕ ਹੈ ਜੀ ਇਹਦੀ ਵੈਸੇ ਇਹਦੀ ਸੇਵਾ ਕਰਨ 'ਚ ਵੀ ਜਦੋਂ ਕਿਤੇ ਲੜਾਈ ਦੀ ਗੱਲ ਆਉਂਦੀ ਤਾਂ ਉਦੋਂ ਵੀ ਨਾ ਇਹਦਾ ਹੀ ਚੱਲਦਾ ਮੈਂ ਕਹਿੰਦਾ ਜੀ ਇਹ ਪਤਾ ਕੀ ਹੈ ਜੀ ਆਪਾਂ ਘਰ 'ਚ ਫਿਰਦੇ ਹੋਈਏ ਨਾ ਜੀ ਜੇ ਕੋਈ ਮੁਰਗਾ ਖਾਣ ਨੂੰ ਜੀ ਕਰੇ ਮੁਰਗੇ ਦੇ ਮਾਰੋ ਮੁਰਗਾ ਸਿੱਧਾ ਕੁੱਕਰ 'ਚ ਜਾਊਗਾ ਜੀ ਅੱਛਾ ਇੰਨੀ ਤਕੜੀ ਚੀਜ਼ ਇੰਨੀ 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 ਤਕੜੀ ਚੀਜ਼ ਬਣਾਈ ਹੈ ਜੀ ਬਹੁਤ ਵਧੀਆ ਚੀਜ਼ ਹੈ ਸਰ ਇਹ ਬਹੁਤ ਬਾਈ ਤੁਹਾਡੇ ਨਾਲ ਜੀ ਜਿਹਾ ਲੱਗ ਗਿਆ ਸੀ ਬਾਈ ਨਾਲ ਯਾਰ ਗੱਲਾਂ ਖਤਮ ਕਰਨ ਨੂੰ ਚੇਤ ਜਿਹਾ ਨਹੀਂ ਕਰਦਾ ਸੀ ਤੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਗੁਰਜੰਟ ਜੁੱਤੀ ਹਾਊਸ ਹੈ ਬਾਈ ਜੀ ਪਤਾ ਵੀ ਦੱਸ ਦਿਓ ਥੋੜ੍ਹਾ ਜਿਹਾ ਹਾਂਜੀ ਦਰਬਾਰ ਸਾਹਿਬ ਨਾਕਾ ਨੰਬਰ 2 ਜੀ ਸ੍ਰੀ ਮੁਕਤਸਰ ਸਾਹਿਬ ਨੀਅਰ ਥਾਣਾ ਸਿਟੀ ਗੁਰਜੰਟ ਦੀ ਹੱਟੀ ਜਦੋਂ ਮਰਜ਼ੀ ਆਓ ਜੀ ਪੰਜਾਬੀ ਖੋਸਾ ਛੋਟੇ ਬੱਚੇ ਤੋਂ ਲੈ ਕੇ ਸਾਲ ਦੇ ਬੱਚੇ ਤੋਂ ਲੈ ਕੇ ਜਿੰਨਾ ਮਰਜ਼ੀ ਸਾਈ ਵੱਡਾ ਤਿਆਰ ਕਰਾ ਸਕਦੇ ਹਾਂ ਜਦੋਂ ਮਰਜ਼ੀ ਹਰ ਵੇਲੇ ਤਿਆਰ ਹੈ ਜੀ ਠੀਕ ਧੰਨਵਾਦ ਠੀਕ ਹੈ ਸਰ ਓਕੇ ਸੋ ਬਹੁਤ ਵਧੀਆ ਲੱਗਿਆ ਗੱਲਾਂ 'ਚੋਂ ਗੱਲ ਕੋਈ ਫੇਰ ਨਿਕਲੇ ਆਉਣੀ ਤਾਂ ਪਰ ਸਮਾਂ ਸਾਡੇ ਕੋਲ ਘੱਟ ਹੈ ਤਾਂ ਜਿਹੜਾ ਵੀ ਜੁੱਤੀ ਦਾ ਚਾਹਵਾਨਾ ਬਾਈ ਗੁਰਜੰਟ ਜੁੱਤੀ ਹਾਊਸ 'ਤੇ ਪਹੁੰਚ ਜਿਓ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਮੁਕਤਸਰ